बेरोजगारां दी पंजाब च छड्डो देश च कोई कमी नहीं, पर बेरोजगार जो दुखी होकर पेट्रोल दियां बोतलां लैके पानी दियां टैंकियां ते चढ़दे ने, टावरां ते चढ़दे ने, फिर वह तस्वीरां आउंदियां ने और इत्थों तक कि आत्मदेह करन दी भी कई थावां ते कोशिश की जाती है। हालांकि संघर्ष करना चाहिए, राह ठीक नहीं, पर एक मसला जिहड़ा कि ETT टैट पास 2364 बेरोजगार यूनियन दे नाल जुड़िया, संघर्ष दे नाल जुड़िया। सुरिंदर पाल गुरदासपुर जिस दे चेहरे के उत्ते रौनक हाले भी नहीं परती, क्योंकि पिछलियां सरकारां वेले भी एक गरीब घर चो उठ के अपनी मेहनत के नाल डिग्रियां हासिल करके कई नौजवान मुंडे कुड़ियां नौकरी पाउण दे लई टैट पास करते हैं, पर उन्होंने रुजगार नहीं दिता जाता, रोल के रख्या जाता है। पर मौजूदा सरकार विच फिर वो टैंकियां ते चढ़ने लई मजबूर हो गए हैं। एक मसला आया कि बेरोजगार सुरिंदर पाल गुरदासपुर जिहड़ा कि पहला भी कांग्रेस सरकार वेले तकरीबन 60 दिन 2 महीने मोबाइल टावर ते पटियाले बैठा रहा, क्योंकि कैप्टन अमरिंदर सिंह दी सरकार सी, पर उसकी नहीं सुनी गई। बीमार हालत दे विच काफ़ी कुछ झलना पिया, पर कुछ संघर्ष हासिल करद्या करद्या कित्थों तक पहुँचे ने ओ। तां हुण मुख्यमंत्री भगवंत मान दे नाल जिहड़ी एक गल होई सी उस वेले जदों MP सीगे, भगवंत मान बतौर MP गल करदे ने सुरिंदर पाल गुरदासपुर के नाल। पहलां तुहानूं कॉल रिकॉर्डिंग सुनाउने आ जिस दे विच जिहड़ी जारी की गई उस बेरोजगार के वलों सांझी की गई उस वेले गल की हुई सी। हालांकि मुख्यमंत्री जां MP जां किसी भी विधानसभा के मैंबर नूं जो हौसला देना चाहिए वह दिता गया उस वेले बेरोजगार नूं, पर सुरिंदर पाल का गिला भगवंत मान तो यह है कि हुण क्यों सुर बदल गए, हुण क्यों रंग बदल गए। पहलां गलबात सुनाउने आ, कॉल रिकॉर्डिंग सुनाउने आ, फिर दसांगे पूरा मसला की है ते हुण गल कित्थों तक पुजी है। हेलो, सत श्री अकाल भाई जी। सत श्री अकाल सर जी, मैं भगवंत मान बोल रहा भाई जी। सत श्री अकाल सर जी, किवें भगवंत ने जी, किवें सेहत ठीक है भाई? सेहत तां सर पिछले काफी दिनों तो मैनूं पता है, कुछ खादा पीता नहीं, मैनूं पता है भाई जी। फिर पता की है, हुण आपां इन्हां इन्हां भ्रिष्टां पिछे, करप्ट भ्रिष्टाचारियां पिछे आपां आपदी सेहत क्यों दा ते लाउने आ भाई जी? पत्थर दिलां कख असर नहीं होना यार। ਆਪਾਂ ਜੇ 5-7 ਚਲੋ ਜਿੱਥੇ ਅੱਟ ਕੱਟ ਲਈਏ ਤੇ ਤੁਸੀਂ ਜੋ ਤੁਹਾਡੀ ਸਰਕਾਰ ਆ ਗਈ ਬਾਈ, ਤੁਹਾਡੇ ਤੁਹਾਡੇ ਸਾਈਨ ਹੋਣਗੇ, ਤੁਹਾਡੀ ਰਿਕਮੈਂਡੇਸ਼ਨ ਹੋਊਗੀ ਤੇ ਆਪਾਂ ਯਾਰ ਬਾਈ ਸਿਹਤ ਨੂੰ ਦਾ ਤੇ ਨਾ ਲਾਈਏ ਜਿਹਦੇ ਨਾਲ ਪਰਿਵਾਰ ਨੂੰ ਪਛਤਾਉਣਾ ਪੈ ਜੇ। ਸਰ ਉਹ ਤਾਂ ਠੀਕ ਹੈ ਸਰ, ਪਰ ਜੇ ਮੈਂ ਅਸੀਂ ਘਰ ਹੁੰਦੇ ਹੁਣ ਤੱਕ ਸੁਸਾਈਡ ਕਰ ਲੈਂਦੇ। ਹੈਂ, ਮੈਂ ਆ ਜਾਣਾ, ਕਹੋਂ ਤਾਂ ਮੈਂ ਆ ਜਾਣਾ, ਕੱਲ ਨੂੰ ਆ ਜਾਣਾ ਬਈ। ਸਰ ਤੁਸੀਂ ਆ ਸਕਦੇ ਹੋ, ਮੋਸਟ ਵੈਲਕਮ, ਪਰ ਸੰਘਰਸ਼ ਸਾਡਾ ਸਰ ਨਹੀਂ, ਮੈਂ ਸੰਘਰਸ਼ ਦੇ ਸਾਹਮਣੇ ਨਹੀਂ ਆ ਰਿਹਾ ਮੈਂ, ਪਰ ਬਈ ਸੰਘਰਸ਼ ਜ਼ਰੂਰ ਕਰੋ। ਮੈਂ ਕਹਿੰਦਾ ਸੰਘਰਸ਼ ਤੋਂ ਕੋਈ ਨਹੀਂ ਰੁਕਦਾ, ਪਰ ਆਪਣੀ ਸਿਹਤ ਨੂੰ ਦਾ ਤੇ ਨਾ ਲਾਓ, ਇਹਨਾਂ ਤੇ ਕੋਈ ਅਸਰ ਨਹੀਂ ਹੋਣਾ ਬਾਈ ਜੀ, ਇਹ ਪੱਥਰ ਦਿਲ ਨੇ। ਸਰ ਠੀਕ ਹੈ, ਮੈਂ ਕਹਿੰਦਾ ਕਿ ਸੰਘਰਸ਼ ਦਾ ਕੋਈ ਰੂਪ ਰੇਖਾ ਬਦਲ ਦਿਓ, ਉਹਦਾ ਕੋਈ ਜਿਹੜਾ ਪ੍ਰਤੀਬਿੰਬ ਹੈ ਉਹ ਬਦਲ ਦਿਓ ਕਿ ਅਸੀਂ ਓਕੇ, ਅਸੀਂ ਰੋਟੀ ਖਾ ਲਾਂਗੇ, ਪਾਣੀ ਪੀ ਲਾਂਗੇ, ਪਰ ਅਸੀਂ ਇੱਥੇ ਬਹਿ ਕੇ ਸੰਘਰਸ਼ ਕਰਨਾ। ਮੈਂ ਬਿਲਕੁਲ ਨਹੀਂ ਤੁਹਾਡੇ ਤੁਹਾਡੀ ਜਿਹੜੀ ਜਥੇਬੰਦੀ ਦਾ ਫੈਸਲਾ, ਮੈਂ ਉਹਦੇ ਚ ਬਿਲਕੁਲ ਇੰਟਰਫੇਅਰ ਨਹੀਂ ਕਰਦਾ। ਮੈਂ ਤਾਂ ਮਾਨਵਤਾ ਦੇ ਆਧਾਰ ਤੇ ਕਹਿੰਦਾ ਬਾਈ ਜੀ, ਜੇ ਤੁਸੀਂ ਏਦਾਂ ਕਰਕੇ ਕੋਈ ਕੱਲ ਜਿਵੇਂ ਛਾਲਾਂ ਮਾਰੀਆਂ ਮੁੰਡਿਆਂ ਨੇ, ਫਿਰ ਬਾਈ ਜੀ ਜੇ ਆਪਾਂ ਇਹ ਮਰਨ ਲੱਗ ਗਏ, ਇਹਨਾਂ ਨੂੰ ਹੋਰ ਕੀ ਚਾਹੀਦਾ? ਇਹ ਕਹਿੰਦੇ ਜਿਹੜੇ ਲੜਦੇ ਨੇ ਮਰ ਜਾਓ, ਇਹ ਤਾਂ ਮਰਨਾ ਦੇਖਣਾ ਚਾਹੁੰਦੇ ਆਪਾਂ ਨੂੰ, ਊਂ ਕਿਹੜਾ ਆਪਾਂ ਮਾਰੇ ਨੀ ਹੋਏ ਇਹਨਾਂ ਨੇ, ਜਿਉਂਦੇ ਮਰੇ ਹੋਏ ਆ ਆਪਾਂ। ਸਰ ਸਾਨੂੰ ਮੌਤ ਦਾ ਡਰ ਨਹੀਂ ਹੈ। ਮੈਨੂੰ ਪਤਾ ਹੈ, ਮੈਨੂੰ ਇਸ ਗੱਲ ਦਾ ਪਤਾ ਹੈ, ਸਾਡੇ ਮੌਤ ਦਾ ਡਰ ਨਹੀਂ, ਪਰ ਸਾਨੂੰ ਤੁਹਾਡੀ ਮੌਤ ਦਾ ਡਰ ਹੈ ਨਾ ਜੀ। ਫਿਰ ਮੇਰੀ ਤੇ ਆਤਮਾ ਝੋੜੀ ਜਾਂਦੀ ਹੈ ਨਾ। ਸਰ ਉਹ ਤਾਂ ਠੀਕ ਹੈ ਜੀ, ਪਰ ਸਾਡੇ ਸਾਥੀ ਘਰਾਂ ਚ ਬਹਿ ਕੇ ਆਤਮ ਹੱਤਿਆ ਕਰ ਗਏ,
ਮੈਨੂੰ ਪਤਾ ਕਰਕੇ ਬਹੁਤ ਅਸੀਂ ਅਸੀਂ ਕੁਝ ਵੱਖਰਾ ਕਰਨਾ ਚਾਹੁੰਦੇ ਸੀ ਤੁਸੀਂ ਗੱਲ ਮੰਨੋ ਮੇਰੀ ਗੱਲ ਮੰਨ ਲਓ ਮੇਰੇ ਕਰਕੇ ਮੰਨ ਲਓ ਕਹੋ ਤਾਂ ਮੈਂ ਕੱਲ ਨੂੰ ਤੁਹਾਡੇ ਕੋਲ ਆ ਜਾਂਦਾ ਸਰ ਤੁਸੀਂ ਆਓ ਮੈਂ ਤੁਹਾਡੇ ਕੋਲ ਟਾਵਰ ਤੇ ਤਾਂ ਚੜ ਜਾਊਂਗਾ ਤੁਹਾਨੂੰ ਮੈਂ ਪਿਆਰ ਨਾਲ ਸਤਿਕਾਰ ਨਾਲ ਮੈਂ ਥੱਲੇ ਲਾ ਕੇ ਪਰ ਮੈਂ ਆਪਦੇ ਹੱਥੀ ਤੁਰ ਰੋਟੀ ਖਵਾਉਂਗਾ ਪਾਣੀ ਪਿਆਉਂਗਾ ਜੂਸ ਪਿਆਉਂਗਾ ਜੋ ਸਰ ਤੁਸੀਂ ਸੰਘਰਸ਼ ਦਾ ਥੋੜਾ ਜਿਹਾ ਤਰੀਕਾ ਬਦਲੋ ਬਾਈ ਮਰਨ ਦਾ ਤਾਂ ਕੀ ਕਰਾਂਗੇ ਇਹ ਤਾਂ ਚਾਹੁੰਦੇ ਨੇ ਮਰ ਜਾਣ ਸਰ ਸਾਡੇ ਕੋਲ ਨਹੀਂ ਨਹੀਂ ਚਾਰੇ ਆਪਣੇ ਕੋਲੇ ਹੋਰ ਚਾਰੇ ਹੈਗੇ ਨੇ ਆਪਾਂ ਵਿਚਾਰ ਵਟਾਂਦਰੇ ਕਰਕੇ ਚਾਰੇ ਲੱਭ ਲਾਂਗੇ ਸਰ ਸਾਡੇ ਕੋਲ ਕੋਈ ਚਾਰਾ ਨਹੀਂ ਅਸੀਂ ਬੜਾ ਸੋਚ ਵਿਚਾਰ ਨਹੀਂ ਯਾਰ ਇਹਨਾਂ ਨਾਲ ਤੋਂ ਬਾਅਦ ਫਿਰ ਇਸ ਚੱਪ ਚੁੱਕਿਆ ਜੀ ਨਹੀਂ ਇੱਦਾਂ ਨਾ ਕਰੋ ਤੁਹਾਡੇ ਪ੍ਰਧਾਨ ਕੌਣ ਨੇ ਜਾਂ ਕੁੱਕੀ ਦੇ ਨਾਲ ਮੈਂ ਗੱਲ ਕਰ ਸਕਦਾ ਮੈਂ ਕੋਸ਼ਿਸ਼ ਕਰੂੰਗਾ ਯਾਰ ਸਰ ਪ੍ਰਧਾਨ ਜਿਹੜੇ ਨੀਤੀ ਯੂਨੀਅਨ ਦੇ ਨੇ ਉਹ ਦੀਪਕ ਕੰਬੋਜ ਜੀ ਦੀਪਕ ਕੰਬੋਜ ਹਾਂਜੀ ਓਕੇ ਬਾਈ ਮੈਨੂੰ ਕੋਈ ਫੋਨ ਨੰਬਰ ਦੇ ਦੇਵੋਂਗੇ ਮੈਂ ਗੱਲ ਕਰਦਾ ਉਹਨਾਂ ਨਾਲ ਸਰ ਮੈਂ ਤੁਹਾਨੂੰ ਸੈਂਡ ਕਰ ਦਿੰਦਾ ਸਰ ਮੈਨੂੰ ਇਸੇ ਨੰਬਰ ਤੇ ਸੈਂਡ ਕਰ ਦਿਓ ਮੇਰਾ ਪਰਸਨਲ ਨੰਬਰ ਹੈ ਓਕੇ ਬਾਈ ਓਕੇ ਸੁਰਿੰਦਰ ਬਾਈ ਸੁਰਿੰਦਰਪਾਲ ਗੁਰਦਾਸਪੁਰ ਦਾ ਮਰਨ ਵਰਤ ਦਾ ਅੱਜ 8ਵਾਂ ਦਿਨ ਹੈ ਪਹਿਲਾਂ ਡੀਸੀ ਦਫ਼ਤਰ ਦੇ ਬਾਹਰ ਸੰਗਰੂਰ ਬੈਠੇ ਰਹੇ ਸੰਗਰੂਰ ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਕਿ ਤੁਹਾਡਾ ਮਸਲਾ ਹੱਲ ਕਰਾਵਾਂਗੇ ਪਰ ਇੱਥੇ ਵੱਡਾ ਸਵਾਲ ਸਰਕਾਰ ਦੇ ਉੱਤੇ ਖੜਾ ਨਜ਼ਰ ਹੁੰਦਾ ਆ ਰਿਹਾ ਕਿਉਂਕਿ ਜਦੋਂ ਮਸਲਾ ਅਦਾਲਤਾਂ ਵਿੱਚ ਪਹੁੰਚਦਾ ਤਾਂ ਹਲਫ਼ਨਾਮਾ 2 ਵਾਰ ਜਿਹੜਾ ਸਬਮਿਟ ਕੀਤਾ ਗਿਆ ਉਹ ਰਿਜੈਕਟ ਕਰ ਦਿੱਤਾ ਗਿਆ ਸਰਕਾਰ ਦਾ 2 ਵਾਰ ਹਲਫ਼ਨਾਮਾ ਰਿਜੈਕਟ ਹੋ ਗਿਆ ਤੀਜੀ ਵਾਰ ਦੀ ਤਿਆਰੀ ਹੈ ਪਰ ਸੁਰਿੰਦਰਪਾਲ ਗੁਰਦਾਸਪੁਰ ਦਾ ਅਤੇ ਪੂਰੀ ਯੂਨੀਅਨ ਦਾ ਜਿਹੜੇ ETT ਟੈਟ ਪਾਸ ਵਾਲੇ ਬੇਰੁਜ਼ਗਾਰ ਨੇ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਚੰਗੇ ਅਧਿਕਾਰੀਆਂ ਤੋਂ ਸੂਝਵਾਨ ਅਧਿਕਾਰੀਆਂ ਤੋਂ ਹਲਫ਼ਨਾਮਾ ਤਿਆਰ ਕਰਵਾਇਆ ਜਾਵੇ ਫਿਰ ਉਸਨੂੰ ਦਾਖਲ ਕੀਤਾ ਜਾਵੇ ਫਿਰ ਹੀ ਸਾਡੇ ਮਸਲੇ ਦਾ ਹੱਲ ਹੋਵੇਗਾ ਗੋਂਗਲੂਆਂ ਤੋਂ ਮਿੱਟੀ ਨਾ ਝਾੜੀ ਜਾਵੇ ਤਾਂ ਇੱਥੇ ਇੱਕ ਹੋਰ ਗਲਾ ਜਿਹੜਾ ਕਰਦੇ ਨਜ਼ਰ ਆ ਰਹੇ ਨੇ ਸੁਰਿੰਦਰਪਾਲ ਗੁਰਦਾਸਪੁਰ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਔਰ ਉਹਨਾਂ ਦੀ ਜਥੇਬੰਦੀ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦਾ ਚੋਣ ਪ੍ਰਚਾਰ ਛੱਡ ਕੇ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਗਏ ਸੀ ਪੰਜਾਬ ਦੇ ਮਸਲਿਆਂ 'ਤੇ ਗੱਲ ਕਰਨ ਪੰਜਾਬ ਵਿੱਚ ਜਿਹੜੇ ਦਰਦ ਨੇ ਉਹਨਾਂ ਨੂੰ ਵੰਡਾਉਣ ਦੀ ਕੋਸ਼ਿਸ਼ ਕਰਨ ਇਹ ਸਾਰੇ ਗਿਲੇ ਸ਼ਿਕਵੇ ਨੇ ਜਿਹੜੇ ਉਹਨਾਂ ਬੇਰੁਜ਼ਗਾਰਾਂ ਦੇ ਨੇ ਤਾਂ ਬੇਰੁਜ਼ਗਾਰ ਜਿਹੜਾ ਕਿ ਗੁਰਦਾਸਪੁਰ ਤੋਂ ਹੈ ਸੁਰਿੰਦਰਪਾਲ ਸਿੰਘ ਉਹ ਹੁਣ ਮਜਬੂਰਨ ਪੈਟਰੋਲ ਵਾਲੀ ਬੋਤਲ ਨਾਲ ਲੈ ਕੇ ਔਰ ਆਪਣੇ ਸਾਥੀ ਸੁਖਚੈਨ ਸਿੰਘ ਦੇ ਨਾਲ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਿਆ ਅਤੇ 8ਵਾਂ ਦਿਨ ਮਰਨ ਵਰਤਦਾ ਉਸਨੇ ਹੋਰ ਕੀ ਕੁਝ ਕਿਹਾ ਉਹ ਵੀ ਸੁਣੋ ਭਗਵੰਤ ਮਾਨ ਜੀ ਤੁਸੀਂ ਮੇਰੇ ਨਾਲ ਲੀਲਾ ਭਵਨ ਪਟਿਆਲਾ ਮੋਬਾਈਲ ਟਾਵਰ ਦੇ ਉੱਪਰ ਜਦੋਂ ਫੋਨ ਕਰਕੇ ਬਾਈ ਬਾਈ ਕਹਿ ਕੇ ਮੇਰੇ ਨਾਲ ਗੱਲਬਾਤ ਕੀਤੀ ਸੀ ਮੇਰਾ ਹਾਲ ਚਾਲ ਜਾਣਿਆ ਸੀ ਤਾਂ ਤੁਸੀਂ ਇਹ ਕਿਹਾ ਸੀ ਕਿ ਬਾਈ ਜੀ ਤੁਹਾਡੀ ਸਰਕਾਰ ਆਉਣ ਦੇ ਤੁਹਾਡੇ ਮਸਲੇ ਹੱਲ ਕਰਾਂਗੇ ਤੁਹਾਨੂੰ ਜਿਹੜਾ ਅਸੀਂ ਰੁਜ਼ਗਾਰ ਦੇਵਾਂਗੇ ਪਰ ਰੁਜ਼ਗਾਰ ਦੇਣ ਦੀ ਬਜਾਏ ਤੁਸੀਂ ਸਾਡੇ ਹੱਥ ਵਿੱਚ ਅੱਜ ਇਹ ਮੌਤ ਥਮਾ ਦਿੱਤੀ ਹੁਣ ਇਹ ਤੁਹਾਡੇ 'ਤੇ ਡਿਪੈਂਡ ਕਰਦਾ ਕਿ ਤੁਸੀਂ ਸਾਨੂੰ ਰੁਜ਼ਗਾਰ ਦੇਣਾ ਹੈ ਜਾਂ ਮੌਤ ਦਰਅਸਲ ਮਸਲੇ ਨੂੰ ਵਿਸਥਾਰ ਦੇ ਵਿੱਚ ਸਮਝਣਾ ਹੋਵੇ ਤਾਂ 2364 ਪੋਸਟਾਂ ਨੇ ਜਿਹੜੀਆਂ ETT ਟੈਟ ਪਾਸ ਬੇਰੁਜ਼ਗਾਰ ਦੀਆਂ ਉਹਨਾਂ ਨੂੰ ਭਰਤੀ ਕਰਨ ਦੇ ਲਈ ਸਰਕਾਰ ਹੁਣ ਤੱਕ ਸੁਹਿਰਦ ਕਿਉਂ ਨਹੀਂ ਹੋਈ ਪਹਿਲੀਆਂ ਸਰਕਾਰਾਂ ਨੇ ਵੀ ਡੰਗ ਟਪਾ ਲਏ ਤਾਂ ਹੁਣ ਵੀ ਉਹਨਾਂ ਬੇਰੁਜ਼ਗਾਰਾਂ ਨੂੰ ਜਿਨ੍ਹਾਂ ਨੇ ਪਿਛਲੀਆਂ ਸਰਕਾਰਾਂ ਵਾਲੇ ਧਰਨਾ ਲਾਇਆ ਉਹ ਹੁਣ ਲਾਉਣਾ ਪੈ ਰਿਹਾ ਔਰ ਸੰਗਰੂਰ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਬਣ ਗਿਆ ਬੈਰੀਕੇਟਿੰਗ ਵੀ ਕਰ ਦਿੱਤੀ ਗਈ ਆ ਹੋਰ ਬੜੀਆਂ ਚੀਜ਼ਾਂ ਵਰਤੀਆਂ ਜਾ ਰਹੀਆਂ ਨੇ ਕਿ ਇੱਥੇ ਧਰਨੇ ਮੁਜ਼ਾਹਰੇ ਨਾ ਲੱਗਣ ਤਾਂ ਸੁਰਿੰਦਰਪਾਲ ਗੁਰਦਾਸਪੁਰ ਦਾ ਇਹ ਵੀ ਕਹਿਣਾ ਹੈ ਕਿ ਮੁੱਖ ਮੰਤਰੀ ਪਹਿਲਾਂ ਜਦੋਂ ਚੋਣਾਂ ਤੋਂ ਪਹਿਲਾਂ ਦਾਅਵਾ ਕਰਦੇ ਸੀ ਉਮੀਦਵਾਰ ਸੀ ਮੁੱਖ ਮੰਤਰੀ ਦੇ ਉਦੋਂ ਕਹਿ ਰਹੇ ਸੀ ਕਿ ਕੋਈ ਵੀ ਧਰਨਾ ਮੁਜ਼ਾਹਰਾ ਪੰਜਾਬ ਵਿੱਚ ਨਹੀਂ ਲੱਗਣ ਦੇਵਾਂਗੇ ਪਰ ਹਾਲੇ ਵੀ ਗਿਣਤੀ ਰੁਕਦੀ ਨਜ਼ਰ ਨਹੀਂ ਆ ਰਹੀ ਹਾਲਾਂਕਿ ਰੋਸ ਉਮੀਦਾਂ ਦੇ ਮੁਕਾਬਲੇ ਹੋਰ ਵੱਧਦਾ ਜਾ ਰਿਹਾ ਕਿਉਂਕਿ ਉਹਨਾਂ ਨੇ ਵੱਧ ਉਮੀਦਾਂ ਲਾਈਆਂ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਉਹ ਟੁੱਟਦੀਆਂ ਨਜ਼ਰ ਆ ਰਹੀਆਂ ਨੇ ਉਹ ਇਸ ਕਰਕੇ ਕਿਉਂਕਿ ਇਹਨਾਂ ਬੇਰੁਜ਼ਗਾਰਾਂ ਨੇ ਜੋ ਸਵਾਲ ਚੁੱਕੇ ਨੇ ਇਸ ਦਾ ਜਵਾਬ ਸਰਕਾਰ ਨੂੰ ਦੇਣਾ ਪਵੇਗਾ ਔਰ ਹਲਫ਼ਨਾਮਾ ਜਿਹੜਾ ਦਾਖਲ ਕਰਨਾ ਉਹ ਇੱਕ ਮੰਗ ਰੱਖੀ ਜਾ ਰਹੀ ਹੈ ਕਿ ਚੰਗੇ ਅਧਿਕਾਰੀਆਂ ਤੋਂ ਸੂਝਵਾਨ ਅਧਿਕਾਰੀਆਂ ਤੋਂ ਤਿਆਰ ਕਰਵਾਇਆ ਜਾਵੇ ਔਰ ਸਾਡੀ ਭਰਤੀ ਨੂੰ ਸਿਰੇ ਚਾੜਿਆ ਜਾਵੇ ਸਾਨੂੰ ਰੁਜ਼ਗਾਰ ਦਿੱਤਾ ਜਾਵੇ।